ਸਤਿ ਸ਼੍ਰੀ ਅਕਾਲ ਜੀ, ਇਸ ਵਕਤ ਖੜ੍ਹੇ ਹਾਂ ਪਿੰਡ ਭਾਮ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ, ਜਿੱਥੇ ਕਿ ਡੇਰਾ ਦੁੱਧਾਧਾਰੀ ਦੇ ਸਥਾਨ 'ਤੇ ਸਮੂਹ ਨਗਰ ਵਾਸੀ ਗ੍ਰਾਮ ਪੰਚਾਇਤ ਇਲਾਕੇ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਬਹੁਤ ਹੀ ਧੂਮਧਾਮ ਨਾਲ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਡਾਕਟਰ ਇੰਦਰਜੀਤ ਸਿੰਘ ਭਾਮ ਨੇ ਦੱਸਿਆ ਕਿ ਸੰਗਤਾਂ ਦੀ ਸਹੂਲਤ ਵਾਸਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸਮੂਹ ਸੇਵਾਦਾਰਾਂ ਨੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਠੰਡੇ ਮਿੱਠਾ ਜਲ ਛਕਾ ਕੇ ਗਰਮੀ ਤੋਂ ਰਾਹਤ ਦਵਾਈ। ਕੈਮਰਾ ਪਰਸਨ ਡਾਕਟਰ ਗੋਪੀ ਚੰਦ ਰਾਜਪੁਰ ਭਾਈਆਂ, ਮੈਂ ਹਰਵਿੰਦਰ ਸਿੰਘ ਭੁੰਗਲਨੀ, ਫਤਿਹ ਨੂੰ ਚੈਨਲ ਮੇਟਿਆਣਾ ਸ਼ਿਵਾ ਬਰਮੋਹੇ ਹੈ ਸ਼ੁਭ ਕਰ ਮਨ ਤੇ ਕਬਹੂ ਨ ਟਰੋ ਦੇਹ ਸ਼ਿਵਾ ਬਰਮੋਹੇ ਹੈ ਸ਼ੁਭ ਕਰ ਮਨ ਤੇ ਕਬਹੂ ਨ ਟਰੋ।